ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ ਆਪਣੇ ਪਿਆਰੇ ਚੈਨਲ ਵਲੌਗ 'ਤੇ। ਬਾਹਰ ਕਹਿੰਦੇ ਮਾਹੌਲ ਚੈੱਕ ਕਰੋ, ਸਨੋ ਵਾਲਾ ਮਾਹੌਲ ਹੋ ਗਿਆ ਕਹਿੰਦੇ ਮੇਰੇ ਵੀਰੋ, ਕੀ ਕਰੀਏ, ਠੰਡ ਵੀ ਵੱਧ ਜਾਂਦੀ ਹੈ। ਅਗਰ ਮੈਚ ਦੀ ਪੂਰੀ ਸੀਰੀਅਸ ਹੋਏ ਗਏ ਮੈਚ ਵਾਸਤੇ, ਮੈਚ ਵੇਖੀ ਜਾਂਦੇ ਆ, ਰਨ ਗਿਣੀ ਜਾਂਦੇ ਆ, ਆਪਾਂ ਚਾਹ ਪੀਏ। ਅਤੇ ਅੱਜ ਹੈਗਾ ਯਾਰ ਸਾਡਾ ਫਾਈਨਲ ਐਗਜ਼ਾਮ, ਪਹਿਲਾ ਫਾਈਨਲ ਐਗਜ਼ਾਮ ਆ ਕੈਨੇਡਾ 'ਚ ਆ ਕੇ। ਆਪਣਾ ਕੈਮਿਸਟਰੀ ਦਾ ਪੇਪਰ ਆ, ਵੇਖਦੇ ਹਾਂ ਕਿੱਦਾਂ ਦਾ ਹੁੰਦਾ। ਚੱਲਦੇ ਹਾਂ, ਪੜ੍ਹੇ ਤਾਂ ਹੈਗੇ ਹਾਂ ਥੋੜ੍ਹਾ ਬਹੁਤਾ, ਬਾਕੀ ਵੇਖੋ ਕੀ ਹਿਸਾਬ ਕਿਤਾਬ ਕਿੱਦਾਂ ਦਾ ਹੁੰਦਾ ਪੇਪਰ, ਹੈ ਨਾ। ਬਾਕੀ ਔਖਾ ਵਾ ਥੋੜ੍ਹਾ ਜਿਹਾ, ਕਿਉਂਕਿ ਕੈਮਿਸਟਰੀ ਸ਼ੁਰੂ ਤੋਂ ਆਪਣੀ ਵੀਕ ਰਹੀ ਆ ਥੋੜ੍ਹੀ ਜਿਹੀ, ਅਤੇ ਜਾ ਕੇ ਪੇਪਰ ਵੇਖ ਕੇ ਤਾਂ ਫਿਰ ਹੀ ਪਤਾ ਲੱਗੂਗਾ। ਅਤੇ ਹੁਣ ਚਲੋ ਚਾਹ ਚੂਹ ਪੀਏ, ਅਤੇ ਫਿਰ ਤੁਹਾਨੂੰ ਮਿਲਦੇ ਬਾਅਦ 'ਚੋਂ। ਓਕੇ ਗਾਈਸ, ਬਾਹਰ ਦਾ ਮਾਹੌਲ ਬਹੁਤ ਹੀ ਠੰਡਾ ਹੋ ਗਿਆ। ਕੋਈ ਮੇਰੇ ਵੀਰੋ ਆ ਗਏ ਆ ਬਾਹਰ, ਤੁਰੇ ਆਉਂਦੇ ਹਾਂ। ਸਨੋ ਯਾਰ ਪਤਾ ਨਹੀਂ ਕਿੱਥੋਂ ਪੈਣ ਲੱਗ ਜਾਂਦੀ, ਪੂਰਾ ਮੌਸਮ ਵਧੀਆ ਹੁੰਦਾ ਵਾ, ਚੰਗੀ ਭਲੀ ਧੁੱਪ ਚੜ੍ਹੀ ਹੁੰਦੀ, ਗਰਮੀਆਂ ਆ ਗਈਆਂ, ਆਪਾਂ ਦੇ ਕੱਪੜੇ ਕੁੱਪੜੇ ਵੀ ਵੇਖਣ ਲੱਗ ਗਏ ਸੀ ਗਰਮੀਆਂ ਦੇ, ਅਤੇ ਸਨੋ ਦੁਬਾਰਾ ਤੋਂ ਪੈਣ ਲੱਗ ਗਈ ਆ, ਇਹ ਕੋਈ ਗੱਲ ਥੋੜ੍ਹੀ ਆ। ਕੀ ਕਰੀਏ, ਰੱਬਾ ਤੇਰੇ ਰੰਗ ਨਿਆਰੇ। ਅਤੇ ਚਲੋ ਹੁਣ ਸਟੋਪ 'ਤੇ ਚੱਲੀਏ, ਅਤੇ ਫਿਰ ਤੁਹਾਨੂੰ ਕਾਲਜ ਜਾ ਕੇ ਮਿਲਦੇ ਹਾਂ। ਓਕੇ ਗਾਈਸ, ਉਹ ਵੀ ਗਾਈਸ ਕਹਿੰਦੇ ਇੱਧਰ ਹੋਣਾ ਇਹ ਪੇਪਰ ਮੁੰਡਿਆਂ ਦੇ, ਮੁੰਡੇ ਆਉਂਦਾ ਇਹ ਪੇਪਰ, ਆਉਂਦਾ ਪੇਪਰ ਪੇਪਰ ਤੋਂ ਬਾਅਦ ਆ ਕੇ ਖਾਣ ਪੀਣ, ਭੁੱਖ ਬਹੁਤ ਲੱਗੀ। ਪਾਸ ਹੋਣ ਦਾ ਯਾਰ 50-50 ਚਾਂਸ ਹੁੰਦਾ, ਪਾਸ ਹੋ ਸਕਦੇ ਨਹੀਂ ਹੋ ਸਕਦੇ, ਬਾਕੀ ਵੇਖੋ। ਅਤੇ ਹੁਣ ਖਾਈਏ ਪੀਏ, ਅਤੇ ਫਿਰ ਤੁਹਾਨੂੰ ਮਿਲਦੇ ਹਾਂ। ਉਹ ਵੀ ਗਾਈਸ ਆ ਗਏ ਘਰ ਨੂੰ, ਅਤੇ ਹਵਾ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਚੱਲ ਰਹੀ ਆ, ਦੇਖੋ ਇੱਕ ਵਾਰ। ਅਤੇ ਸਨੋ ਦੁਬਾਰਾ ਪੈ ਗਈ ਆ, ਅਤੇ ਹਵਾ ਵੀ ਬਹੁਤ ਜ਼ਿਆਦਾ ਹੋ ਗਈ ਆ। ਅਤੇ ਆਪਾਂ ਲਿਆਉਂਦਾ ਸੀ ਘਿਓ, ਅਤੇ ਅੱਜ ਕਹਿੰਦੇ ਬਾਹਮਣ ਕਹਿੰਦਾ ਜੋਤਾ ਵਾ, ਅੱਜ ਚੱਲੂਗਾ ਪੰਗੂਰ ਬਣਾਉਣਾ ਬਾਹਮਣ ਕਹਿੰਦਾ। ਬਾਕੀ ਵੇਖਦੇ ਹਾਂ ਕਿੱਦਾਂ ਦਾ ਬਣਦਾ, ਪਹਿਲੀ ਵਾਰ ਦੁਬਾਰਾ ਟਰਾਈ ਕਰਾਂਗੇ ਅੱਜ ਨਿਊ ਡਿਸ਼। ਪੇਪਰ ਯਾਰ ਠੀਕ ਠਾਕ ਹੋ ਗਿਆ ਸੀ, ਵੇਖੋ ਹੁਣ ਕੀ ਬਣਦੀ ਅੱਗੇ ਜਾ ਕੇ ਗੱਲ, ਜੇ ਪਾਸ ਹੋ ਗਏ ਠੀਕ ਆ, ਨਹੀਂ ਤਾਂ ਫਿਰ ਦੇਖਾਂਗੇ ਅੱਗੇ ਕੀ ਕਰਨਾ। ਤਾਂ ਚਲੋ ਕਰਦੇ ਹੁਣ ਘਰ ਜਾ ਕੇ ਕਰ, ਕਿਉਂਕਿ ਹੱਥ ਫੜ ਰਹੇ ਆ। ਓਕੇ ਗਾਈਸ, ਉਹ ਵੀ ਮੇਰੇ ਵੀਰੋ ਕਹਿੰਦੇ ਅੱਜ ਬਾਹਮਣ ਨੇ ਕਲਾਕਾਰੀ ਵਿਖਾਈ ਆਪਣੀ, ਕਹਿੰਦੇ ਸੂਜੀ ਵਾਲਾ ਕੜਾਹ ਅਤੇ ਨਾਲ ਚਣੇ ਪੰਗੂਰ ਬਣਾ ਤਾ ਬਾਹਮਣ ਨੇ ਅੱਜ, ਅਤੇ ਸਵਾਦ ਸਵਾਦ ਵੀ ਸਿਰਾ ਹੀ। ਬਸ ਬਾਹਮਣ ਕਿੱਦਾਂ ਦਾ ਬਣਿਆ, ਖਾਧਾ ਇੱਕ ਸਪੂਨ ਖਾ ਕੇ ਦੇਖਿਆ ਤੂੰ ਕਿੱਦਾਂ ਦਾ ਪ੍ਰਤੀਕ, ਬਾਹਮਣ ਆ ਕੀ ਗੱਲ ਕਹਿ ਗਿਆ। ਨਹੀਂ ਭਰਾਵਾ ਬਹੁਤ ਸਵਾਦ ਬਣਾਇਆ ਬਾਹਮਣ ਨੇ, ਸਿਰਾ ਹੀ ਮਜ਼ਾ ਆ ਗਿਆ। ਅਤੇ ਖਾਈਏ ਹੋਰ ਆਪਾਂ ਪਾ ਕੇ, ਅਤੇ ਫਿਰ ਤੁਹਾਨੂੰ ਮਿਲਦੇ ਹਾਂ। ਓਕੇ ਗਾਈਸ, ਆਪਣੇ ਲਈ ਪਾ ਲਈਏ ਫਿਰੋ, ਕੜਾਹ ਤੇ ਪੰਗੂਰ ਸਿਰਾ ਹੀ, ਨਿਆਰਾ ਵਾ ਬਾਹਮਣ, ਪੂੜੀਆਂ ਬਣਾਉਣੀਆਂ ਨਾਲ ਜਸਕਿਰਤ ਹੈ। ਚਲੋ ਠੀਕ ਆ ਜੀ, ਬਹੁਤ ਘੈਂਟ ਚੀਜ਼ ਆ ਕੰਜਕਾ, ਕੀ ਕੰਜਕਾ ਰੱਖਣੀ ਹੁੰਦੀ ਫਿਰ ਉਹ 6-16 ਹੋ ਗਏ ਜੇ, ਆਪਾਂ ਖਾ ਲਿਆ ਜੀ ਪੰਗੂਰ, ਅਤੇ ਪੰਗੂਰ ਤਾਂ ਪੂਰਾ ਹੀ ਘੈਂਟ ਸੀ, ਅਤੇ ਬਾਹਰ ਦਾ ਮਾਹੌਲ ਤੁਹਾਨੂੰ ਇੱਕ ਵਾਰ ਚੈੱਕ ਕਰਾ ਦਾ। ਮੇਨ ਤੇ ਖਾ ਲਓ, ਖਿਆਲ ਰੱਖਿਓ ਆ ਗਏ, ਕੁਛ ਪਤਾ ਨਹੀਂ ਵੈਦਰ ਦਾ ਕਦੋਂ ਕੀ ਹੋ ਜਾਣਾ। ਅਤੇ ਹੁਣ ਮੈਂ ਲੱਗਾ ਸੌਣ, ਕਿਉਂਕਿ ਸਵੇਰੇ ਉੱਠੇ ਸੀ ਆਪਾਂ ਜਲਦੀ, 6 ਵੱਜ ਗਿਆ, ਵੇਖਦੇ ਹਾਂ ਕਦੋਂ ਉੱਠਦੇ ਹਾਂ, ਅਤੇ ਡਿਪੈਂਡ ਕਰਦਾ ਉਹਦੇ ਕਦੋਂ ਉੱਠਾਂਗੇ, ਹੈ ਨਾ, ਕਿਉਂਕਿ ਸਵੇਰੇ 7 ਕੁ ਉੱਠ ਗਿਆ ਸੀ ਜਲਦੀ, ਅਤੇ ਹੁਣ ਸੋਈਏ ਜਾ ਕੇ, ਅਤੇ ਉੱਠ ਕੇ ਅਤੇ ਫਿਰ ਤੁਹਾਨੂੰ ਮਿਲਾਂਗੇ। ਉਹ ਵੀ ਮੇਰੇ ਵੀਰੋ ਟਾਈਮ ਚੈੱਕ ਕਰੋ, 10:07, ਮਤਲਬ 9:07 ਹੋ ਗਏ ਆ, ਅਤੇ ਯਾਰ ਹੁਣੀ ਉੱਠ ਗਏ ਆ, ਅਤੇ ਸਮਾਨ ਸਮੂਨ ਇੱਦਾਂ ਹੀ ਪਿਆ ਵਾ, ਸਾਫ਼ ਸਫਾਈ ਹੁਣ ਵਾਲੀ ਆ ਥੋੜ੍ਹੀ ਬਹੁਤ, ਹੁਣ ਆਪਾਂ ਚੱਲੇ ਸੁਪਰ ਸਟੋਰ। ਕੀ ਝੂਠ ਕੀ ਮਾਰਤਾ, ਕੀ ਝੂਠ ਮਾਰਤਾ, ਕੀ ਝੂਠ ਮਾਰਿਆ,
ਕੀ ਝੂਠ ਮਾਰਿਆ ਵਾ ਹੈ ਹੁਣ ਸਾਹਮਣੇ ਤੇ ਚੱਲੀਏ ਹੁਣ ਬਸ ਜਲਦੀ ਸੁਪਰ ਸਟੋਰ ਤੇ ਫਿਰ ਤੁਹਾਨੂੰ ਮਿਲਦੇ ਆ ਉਹ ਵੀ ਮੇਰੇ ਵੀਰੋ ਆ ਗਏ ਆ ਬਾਹਰ ਤੇ ਬਰਫ਼ ਪੈ ਗਈ ਦੁਬਾਰਾ ਤੋਂ ਤੇ ਉੱਧਰ ਚੈੱਕ ਕਰੋ ਹਵਾ ਕਿੰਨੀ ਜ਼ਿਆਦਾ ਤੇਜ਼ ਚੱਲ ਰਹੀ ਆ ਬਹੁਤ ਜ਼ਿਆਦਾ ਤੇਜ਼ ਹਵਾ ਚੱਲ ਰਹੀ ਆ ਚੱਪਲਾਂ ਮੋਰ ਕਿੰਨੇ ਗਿਆ ਸੀ ਭਰਾਵਾ ਠਰਦੇ ਸੱਚੀ ਠਰਦੇ ਝੂਠ ਨਹੀਂ ਮਾਰਿਆ ਕੋਈ ਆਪਾਂ ਰਿਐਲਿਟੀ ਆ ਰਿਐਲਿਟੀ ਹੁਣ ਮਿਲ ਗਿਆ ਸੋਡੀ ਭਰਾਵਾ ਪੇਪਰ ਬੜਾ ਔਖਾ ਹੋਇਆ ਜੀ ਪੜ੍ਹ ਲਿਓ ਤਿਆਰੀ ਆ ਰੱਬ ਰਾਖਾ ਮਿੱਤਰਾਂ ਦਾ ਡਰ ਕਾਹਦਾ ਤਿੱਤਰਾਂ ਦਾ ਚਲੋ ਫਿਰ ਆਪਾਂ ਵੀ ਲਈਏ ਸਮਾਨ ਇਹਨੂੰ ਵਿਖਾਈ ਜਾਂਦਾ ਮੇਰੇ ਵੀਰੋ ਕਹਿੰਦੇ ਅੱਜ ਇੰਡੀਆ ਵਾਲੇ ਲੇਟ ਚੱਲੇ ਹੁੰਦੇ ਇੱਧਰ ਸਵਾਦ ਬਹੁਤ ਆ ਆਇਆ ਭਰਾਵਾ ਆਇਆ ਆ ਗਿਆ ਜੀ ਆ ਗਿਆ ਚਲੋ ਯਾਰ ਅੱਧਾ ਘੰਟਾ ਲਾ ਕੇ ਦੇ ਅੱਧਾ ਘੰਟਾ ਲਾ ਕੇ ਦੇ $24 ਦੇ ਲੇਜ਼ ਲੈ ਕੇ ਆਏ ₹250 ਦੇ ਕਿੰਨੇ ਦੇ ਹੋਏ ਕਿੰਨੇ ਦੇ ਬਣੇ ਲੇਜ਼ ₹250-350 ਦੇ ਲੇਜ਼ ਲੈ ਕੇ ਆਏ ਬੂਹੇ ਮਗਰ ਲੁਕਿਆ ਹੋਣਾ ਜੀ ਚੱਲ ਗਿਆ ਆਇਆ ਚੱਲ ਉਹ ਵੀ ਗਈ ਆ ਗਏ ਘਰ ਘਰ ਆ ਗਏ ਘਰ ਉੱਥੋਂ ਮੁੰਡੇ ਹੋ ਰੋਟੀ ਪਾਣੀ ਦੀ ਤਿਆਰੀ ਕਰੀ ਆਇਓ ਟਾਈਮ ਬਹੁਤ ਜ਼ਿਆਦਾ ਹੋ ਗਿਆ ਵਾ ਚਣੇ ਹੈਗੇ ਚਣਿਆਂ ਨੂੰ ਮੈਂ ਤਾਂ ਕਹਿੰਦਾ ਤਰੀ ਪਾ ਕੇ ਤਾਂ ਤੜਕਾ ਲਾ ਦਈਏ ਹੈ ਓਏ ਬਾਹਮਣਾ ਮੈਂ ਕਿਹਾ ਚਣੇ ਪਏ ਆ ਚਣਿਆਂ 'ਚ ਹੀ ਤੜਕਾ ਲਾ ਦਈਏ ਤਰੀ ਪਾ ਕੇ ਹੈਂ ਉਹ ਚਣੇ ਕੀ ਕਰਨੇ ਕੀ ਦੂਜੇ ਖਾਣੇ ਸੁੱਕੇ ਤੂੰ ਨਹੀਂ ਖਾਣੀ ਰੋਟੀ ਲਾਲੀ ਨੂੰ ਪੁੱਛਦੇ ਹਾਂ ਫਿਰ ਵੇਚਦੇ ਉਹ ਵੀ ਮੇਰੇ ਵੀਰੋ ਕਹਿੰਦੇ ਕਦੀ ਕਦੀ ਸਾਰ ਵੀ ਲੈਣਾ ਚਾਹੀਦਾ ਵਾ ਕਨੇਡਾ ਹੈ ਕਨੇਡਾ ਵਾਲੀ ਫੀਲਿੰਗ ਤੇ ਲੈ ਲਈਏ ਰੋਜ਼ ਹੀ ਨਵੀਂ ਸਬਜ਼ੀ ਚਣੇ ਪਏ ਸੀ ਪੰਘੂਰ ਵਾਲੇ ਆਪਾਂ ਉਹਨੂੰ ਹੀ ਲਾ ਕੇ ਤੜਕਾ ਵਿੱਚ ਪਾ ਕੇ ਆਲੂ ਅਤੇ ਸਬਜ਼ੀ ਵਧਾ ਤੀ ਆ ਗਈਆਂ ਚੱਪਲਾਂ ਚੱਲ ਚੱਲ ਰਹਿਣ ਦੇ ਯਾਰ ਮੈਂ ਨਹੀਂ ਜਾਣਾ ਉੱਦਾਂ ਦੇ ਦੇ ਚੱਪਲਾਂ ਮੈਂ ਨਹੀਂ ਜਾਣਾ ਜਾਓ ਤੁਸੀਂ ਲਾਲੀ ਉਹ ਚੰਗਾ ਬਣਾ ਦੇ ਵੱਜਾ ਹੀ ਪਰਨਾ ਚੱਲੀਏ ਉਹ ਵੀ ਮੇਰੇ ਵੀਰੋ ਉਹ ਸੋਰੀ ਚੱਪਲਾਂ ਪੱਟੀਆਂ ਪਾਣੀਆਂ ਸਬਜ਼ੀ ਤਾਂ ਯਾਰ ਬਣਾ ਲਈ ਆ ਵੀਰ ਭਰਾ ਆਪਾਂ ਨੂੰ ਰੋਟੀ ਵਾਲੇ ਨਹੀਂ ਵਿਖਾਉਂਦੇ ਉਹ ਗਏ ਆ ਕਿਸੇ ਵੀਰ ਦੇ ਘਰ ਅਤੇ ਆਉਂਦੇ ਆ ਅਤੇ ਫਿਰ ਉਹਨਾਂ ਤੋਂ ਰੋਟੀਆਂ ਲਵਾਉਂਦੇ ਹਾਂ ਅਤੇ ਫਿਰ ਮਿਲਦੇ ਹਾਂ ਤੁਹਾਨੂੰ ਅਤੇ ਹੁਣ ਚਿਰ ਤੱਕ ਯਾਰ ਆਪਾਂ ਗੱਲ ਕਰਨੀ ਹੈ ਤੁਹਾਡੇ ਨਾਲ ਇੱਕ ਬਾਹਰ ਜਾ ਕੇ ਕਰਦੇ ਹਾਂ ਆ ਜਾਓ ਟੋਪੀ ਸ਼ਾਇਦ ਮੇਰੀ ਥੋੜ੍ਹੀ ਜਿਹੀ ਗੱਡੀ ਹੋਵੇ ਇਗਨੋਰ ਹੀ ਕਰਿਓ ਅਤੇ ਗੱਲ ਆਪਾਂ ਇੱਦਾਂ ਹੀ ਕਿ ਮੈਂ ਜ਼ਿਆਦਾਤਰ ਤੁਹਾਨੂੰ ਹੀ ਇਨਫੋਰਮੇਸ਼ਨ ਦਈਦੀ ਆ ਐਸ ਕਿ ਮੈਨੂੰ ਚਾਹੀਦੀ ਤੁਹਾਡੇ ਤੋਂ ਇਨਫੋਰਮੇਸ਼ਨ ਐਜ ਅ ਸੁਜੈਸ਼ਨ ਕਹਿ ਲਓ ਜਾਂ ਫਿਰ ਐਡਵਾਈਸ ਕਹਿ ਲਓ ਵੱਡੇ ਵੀਰਾਂ ਦੀ ਛੋਟੇ ਵੀਰਾਂ ਦੀ ਜਿਨ੍ਹਾਂ ਨੂੰ ਵੀ ਜਿੰਨੀ ਕੁ ਨੌਲੇਜ ਹੈਗੀ ਆ ਗੱਲ ਇੱਦਾਂ ਹੀ ਕਿ ਮੈਂ ਸੋਚ ਰਿਹਾ ਸੀ ਕਿ ਆਪਣਾ ਸਟੱਡੀ ਤੋਂ ਵਰਕ ਦੇ ਵਿੱਚ ਕਨਵਰਟ ਕਰਾਉਣਾ ਮਤਲਬ ਸਟੱਡੀ ਤੋਂ ਵਰਕ ਪਰਮਿਟ ਕਰਵਾਉਣਾ ਹੈ ਨਾ ਅਤੇ ਇਹਦੇ ਬਾਰੇ ਬਸ ਮੈਂ ਥੋੜ੍ਹੇ ਦਿਨਾਂ ਤੋਂ ਸੋਚੀ ਜਾ ਰਿਹਾ ਸੀ ਕਿ ਮਤਲਬ ਸਟੱਡੀ ਵੀ ਯਾਰ ਕਿੰਨੀ ਕੁ ਹੁਣ ਕਰ ਸਕਦੇ ਹਾਂ ਹੈ ਨਾ ਜਿੰਨੀ ਕੁ ਆਪਾਂ 12th ਕਰ ਲਈ 12th ਤੋਂ ਬਾਅਦ ਮੈਂ ਇੱਕ ਮੇਰਾ ਡਿਪਲੋਮਾ ਹੈਗਾ ਅਤੇ ਇੱਕ 6 ਮੰਥ ਦਾ ਮੇਰੇ ਕੋਲ ਡਿਪਲੋਮਾ ਹੈਗਾ ਹੈ ਨਾ ਅਤੇ ਉਸ ਤੋਂ ਬਾਅਦ ਹੁਣ ਅੱਗੇ ਕਿੰਨੀ ਕੁ ਸਟੱਡੀ ਕਰੀ ਜਾਈਏ ਸਮਝ ਰਹੇ ਹੋ ਅਤੇ ਬਾਕੀ ਇੱਥੇ ਮੈਨੂੰ ਕੋਈ ਖਾਸ ਇੰਨਾ ਲੱਗਾ ਵੀ ਨਹੀਂ ਜਗ੍ਹਾ ਦੇ ਬਾਰੇ ਹੈ ਨਾ
ਜਿੱਦਾਂ ਮੈਂ ਸੋਚ ਰਿਹਾ ਕਿ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਲਈਏ, ਅਤੇ ਹੁਣ ਮੈਨੂੰ ਤੁਹਾਡੇ ਤੋਂ ਇਹ ਸੁਜੈਸ਼ਨ ਚਾਹੀਦੀ ਸੀ, ਜਿਹੜੇ ਵੀਰ ਭਰਾਵਾਂ ਨੂੰ ਨੌਲੇਜ ਹੈਗੀ ਥੋੜ੍ਹੀ ਬਹੁਤ, ਜਾਂ ਜਿਨ੍ਹਾਂ ਨੇ ਕਿਸੇ ਨੇ ਕਰਵਾਇਆ ਵਾ, ਅਤੇ ਉਹ ਮੈਨੂੰ ਥੋੜ੍ਹਾ ਜਿਹਾ ਦੱਸੋ ਕਿ ਕੀ ਪ੍ਰੋਸੀਜਰ ਹੁੰਦਾ ਵਾ, ਅਤੇ ਉਹਦੇ ਪ੍ਰੋਜ਼ ਕੀ ਆ ਅਤੇ ਕੌਨਸ ਕੀ ਆ, ਮਤਲਬ ਉਹਦੇ ਬੈਨੀਫਿਟਸ ਕੀ ਆ ਅਤੇ ਡਿਸਐਡਵਾਂਟੇਜਸ ਕੀ ਆ, ਤਾਂ ਕਿ ਮੈਨੂੰ ਪਤਾ ਲੱਗੇ, ਅਤੇ ਫਿਰ ਮੈਂ ਉਸ ਹਿਸਾਬ ਨਾਲ ਸੋਚਿਆ ਕਿ ਕਰਵਾਉਣਾ ਸਹੀ ਰਹੇਗਾ ਕਿ ਨਹੀਂ। ਤੁਸੀਂ ਵੀ ਇੱਕ ਵਾਰ ਕਮੈਂਟ ਕਰਕੇ ਦੱਸੋ ਮੈਨੂੰ ਕਿ ਕਰਵਾਉਣਾ ਸਹੀ ਰਹੇਗਾ ਕਿ ਨਹੀਂ। ਅਤੇ ਬਾਕੀ ਮੇਰਾ ਇੰਸਟਾ DM ਹੈ ਹਰ ਇੱਕ ਵੀਡੀਓ 'ਚ ਐਂਡ 'ਚ ਹੁੰਦਾ ਵਾ, ਅਤੇ ਮੈਨੂੰ ਉੱਥੇ DM ਕਰਕੇ ਜਿਹੜੇ ਵੀ ਵੀਰ ਭਰਾ ਨੂੰ ਜਿਹੜੀ ਵੀ ਚੀਜ਼ ਜਿੰਨਾ ਕੁ ਪਤਾ ਵਾ ਮੈਨੂੰ ਸ਼ੇਅਰ ਕਰ ਲਿਓ, ਮੈਂ ਥੋੜ੍ਹਾ ਜਿਹਾ ਰਿਸਰਚ ਖੁਦ ਵੀ ਕਰੂੰਗਾ, ਅਤੇ ਤੁਸੀਂ ਵੀ ਅਗਰ ਕਿਸੇ ਨੇ ਕਰਵਾਇਆ ਵਾ ਤਾਂ ਮੈਨੂੰ ਦੱਸ ਦਿਓ। ਅਤੇ ਬਾਕੀ ਮੈਂ ਕੱਲ੍ਹ ਆਪਣਾ ਉੱਥੇ ਚੈੱਕ ਕਰ ਰਿਹਾ ਸੀ ਯੂਟਿਊਬ 'ਤੇ, ਮੋਸਟ ਆਫ ਦੀ ਲੋਕ ਜਿਹੜੇ ਹੈਗੇ ਆ ਲੁਧਿਆਣੇ ਤੋਂ ਅਤੇ ਜਲੰਧਰ ਤੋਂ ਦੇਖਦੇ ਆ। ਬਹੁਤ ਬਹੁਤ ਧੰਨਵਾਦ ਉਹਨਾਂ ਵੀਰ ਭਰਾਵਾਂ ਦਾ, ਬਹੁਤ ਬਹੁਤ ਦਿਲੋਂ ਧੰਨਵਾਦ ਲੁਧਿਆਣੇ ਵਾਲੇ। ਅਤੇ ਮਤਲਬ 6000 ਜਿਹੜੇ ਮੈਨੂੰ ਵਿਊ ਆ ਨਾ ਇੱਕ ਮਹੀਨੇ ਦੇ, ਜਿਹੜਾ 6000 ਵਿਊ ਆਉਂਦਾ ਐਵਰੇਜ, ਉਹ ਸਾਰਾ ਲੁਧਿਆਣੇ ਤੋਂ ਆਉਂਦਾ ਵਾ। ਬਹੁਤ ਬਹੁਤ ਥੈਂਕ ਯੂ ਉਹਨਾਂ ਲੁਧਿਆਣੇ ਵਾਲੇ ਵੀਰਾਂ ਦਾ, ਹੈ ਨਾ। ਅਤੇ ਹੁਣ ਬਸ ਆਪਾਂ ਉਹਨਾਂ ਦੀ ਵੇਟ ਕਰ ਰਹੇ ਸੀ, ਲਾਲੀ ਹੋਣਾਂ ਦੀ, ਲਾਲੀ ਹੋਣੀ ਆਉਣ, ਆਟਾ ਉੱਟਾ ਦੂਜਾ ਪਿਆ ਵਿਆ ਸੋਚਦੇ ਹਾਂ, ਅਤੇ ਆਪੇ ਲਾ ਕੇ ਖਾ ਲੈਂਦੇ ਹਾਂ, ਫਿਰ ਜਦੋਂ ਉਹ ਆਉਣਗੇ ਉਹਨਾਂ ਨੂੰ ਲਾ ਦਾਂਗੇ, ਜਾਂ ਫਿਰ ਉਹ ਆਪਣੀਆਂ ਲਾ ਲੈਣਗੇ, ਉਹ ਤਾਂ ਹੁਣ ਦੇਖਦੇ ਹਾਂ ਕਿਵੇਂ ਕਰਨਾ ਵਾ। ਚੱਪਲਾਂ ਯਾਰ ਪੁੱਠੀਆਂ ਹੀ ਪਾ ਕੇ ਤੁਰੀ ਆਉਂਦਾ ਮੈਂ, ਸਿੱਧੀਆਂ ਕਰ ਲਈਏ। ਹੁਣ ਠੀਕ ਆ, ਮੈਨੂੰ ਦੱਸਿਓ ਜ਼ਰੂਰ ਯਾਰ ਕਿੱਦਾਂ ਕਰਨੀ ਆ। ਬਾਹਣ ਲਾ ਲਈਏ ਰੋਟੀ ਆਪਾਂ, ਹੈ ਲਾ ਹਾਂ ਫੋਨ, ਲਾਵਾਂ ਮੈਂ ਫੋਨ ਵੀਰੋ, ਉਹ ਵੀ ਮੇਰੇ ਵੀਰੋ ਕਦੇ ਆ ਵੀ ਲਾਲੇ ਲੱਗੇ ਹੁਣ, ਵੇਲ ਕੇ ਰੱਖ ਦਈਏ ਉਹ ਨਾਲ ਹੀ, ਆਹੋ ਵੇਲ ਕੇ ਰੱਖ ਦਿੰਦੇ ਹਾਂ, ਨਾਲ ਖਾਈਏ ਐਪਲ। ਹੈਂ ਉਹ ਵੀ ਗਾਈਸ ਹੋਰ ਆਉਂਦੇ ਰੋਟੀਆਂ ਵੇਲ ਲਿਆਉਂਦੇ, ਇੱਕ ਵਾਰ ਖਾਂਦੇ ਹਾਂ ਤੁਸੀਂ ਫਿਰ ਤੁਹਾਨੂੰ ਮਿਲਦੇ ਹਾਂ। ਕਹਿੰਦੇ ਕੱਟੇ ਦੀ ਰੋਟੀ ਖਾਣ ਦਾ ਮਜ਼ਾ ਹੀ ਵੱਖਰਾ, ਕਿਉਂ ਜੋ ਸਕਿਰਤਾ ਹੈ, ਸਹੀ ਗੱਲ। ਉਹਦਾ ਤਾਂ ਮੰਮਾ ਇਕੱਲਾ ਪਾ ਕੇ ਨੌਕਰੇ ਖਾਂਦਾ ਹੁੰਦਾ, ਕੱਲ ਭੁੱਖ ਵੀ ਮੇਰੇ ਵੀਰੋ, ਰੋਟੀ ਰੋਟੀ ਖਾ ਕੇ ਹੋ ਗਏ ਆ ਫ੍ਰੀ, ਤੇ ਹੁਣ ਪਈਏ ਲੰਮੇ, ਮਤਲਬ ਪੜ੍ਹੀਏ ਥੋੜ੍ਹਾ ਬਹੁਤ। ਕੱਲ੍ਹ ਹੁਣ ਦੁਬਾਰਾ ਪਰਸੋਂ ਪੇਪਰ ਆਪਣਾ, ਪਰਸੋਂ ਬਾਇਓ ਦਾ ਪੇਪਰ ਆਪਣਾ, ਉਹ ਤਾਂ ਚਲੋ ਯਾਰ ਹੁਣ ਸਾਰੀ ਹੁੰਦੀ ਆ, ਉਹ 'ਚ ਨਹੀਂ ਕਿਤੇ ਜਾਂਦੇ ਆਪਾਂ, ਅਤੇ ਬਸ ਇਹੀ ਅੱਜ ਦਾ ਵਲੋਗ। ਅਤੇ ਯਾਰ ਉਹ ਜਿੱਦਾਂ ਮੈਂ ਵਰਕ ਪਰਮਿਟ ਕਹੀ ਆਉਂਦਾ ਸੀ, ਉਹ ਮੇਰੇ ਕਹਿਣ ਦਾ ਮਤਲਬ ਸੀ ਕਿ ਮੈਂ ਸਟੱਡੀ ਤੋਂ ਆਪਣੀ LMIA ਲੈ ਲਈਏ, ਮਤਲਬ ਸਟੱਡੀ ਰਹਿੰਦੀ ਹੈ ਅਤੇ LMIA ਲੈ ਲਈਏ, ਉਹਦੇ ਬਾਰੇ ਦੱਸਿਓ ਮਾੜਾ ਜਿਹਾ ਵੀ ਕਿਵੇਂ ਆ, ਹੈ ਨਾ। ਹੁਣ ਤਾਂ ਵੈਸੇ ਵੀ ਮੇਰੇ ਹਿਸਾਬ ਨਾਲ ਬੰਦ ਕਰਤੀ LMIA, ਘੱਟ ਉਹਨਾਂ ਦੀ ਡਿਊਰੇਸ਼ਨ ਘਟਾਤੀ ਹੈ, ਡਿਊਰੇਸ਼ਨ 6 ਮਹੀਨੇ ਕਰਤੀ ਹੈ, 1 ਕਰਤੀ ਆ, ਅਤੇ ਆਪਾਂ ਨੂੰ ਇੰਨਾ ਪਤਾ ਨਹੀਂ, ਮੈਂ ਵੇਖੂੰਗਾ ਇੱਕ ਵਾਰ ਗੂਗਲ 'ਤੇ। ਮੇਰਾ ਵੀਰ ਦੱਸਿਓ ਜ਼ਰੂਰ ਯਾਰ ਇੱਕ ਵਾਰ ਕਮੈਂਟ ਕਰਕੇ ਜਾਂ DM ਕਰਕੇ, ਮੈਂ ਐਡ ਕਰ ਦੂੰਗਾ ਇੰਸਟਾ, ਕੀ ਫਾਇਦਾ ਹੈਗਾ ਕਿ ਨਹੀਂ। ਅਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੋਗ 'ਚ, ਕੀਪ ਸਪੋਰਟਿੰਗ, ਜਲਦੀ ਜਲਦੀ 1K ਕਰਾ ਦਿਓ, ਅਤੇ ਖਿਆਲ ਰੱਖੋ ਆਪਣਾ ਸਾਰੇ, ਟੇਕ ਕੇਅਰ, ਬੀ ਹੈਲਦੀ, ਬੀ ਸੇਫ, ਬਾਏ ਗਾਈਜ਼।